ਸਤਿ ਸ਼੍ਰੀ ਅਕਾਲ ਜੀ, ਕਿਸਾਨ ਪਸ਼ੂ ਪਾਲਕ ਤੇ ਤੁਹਾਡਾ ਸਵਾਗਤ ਹੈ। ਲੈ ਸੱਜਣੋ, ਜੇ ਗੱਲਬਾਤ ਕਰ ਲਈਏ ਨਾ, ਅੱਜ ਪਹੁੰਚੇ ਆ ਪਿੰਡ ਹਮੀਦੀ, ਤਹਿਸੀਲ ਵੀ ਬਰਨਾਲਾ ਤੇ ਜ਼ਿਲ੍ਹਾ ਵੀ ਬਾਈਆਂ ਨੂੰ ਬਰਨਾਲਾ। ਨਗ 7 ਦਿਖਾਵਾਂਗੇ ਟੋਟਲ, HF ਦਿਖਾਵਾਂਗੇ, ਗਿਰਲੈਂਡੋ ਦਿਖਾਵਾਂਗੇ ਤੇ ਇੱਕ ਦਿਖਾਵਾਂਗੇ ਦੇਸੀ ਨਸਲ ਚ ਪੈਂਦੀ ਆ, ਉਹਨੂੰ ਤੁਸੀਂ ਥਾਰ ਪਾਰਕਰ ਵੀ ਕਹਿ ਸਕਦੇ ਹੋ। ਤਕਰੀਬਨ 2-3 ਵਰਾਇਟੀਆਂ ਦਿਖਾ ਦਾਂਗੇ ਇੱਕ ਵੀਡੀਓ ਦੇ ਵਿੱਚ, ਜਿਨ੍ਹਾਂ ਚੋਂ 2 ਪੈਲਣਾਂ ਨੇ ਸੂਈਆਂ ਹੋਈਆਂ, 4-4 ਦੰਦ, ਤੇ ਟੋਟਲ 7 ਚੋਂ ਸੂਈਆਂ ਨੇ 5, 2 ਹੈਗੀਆਂ ਨੇ ਗੱਬਣਾ। ਤੇ ਆ ਜਾਓ ਬਾਈ ਨਾਲ ਕਰਾਉਂਦੇ ਹਾਂ ਗੱਲਬਾਤ, ਕੱਲੀ ਕੱਲੀ ਦੀ ਡਿਟੇਲ ਪੁੱਛਾਂਗੇ ਤੇ ਜਿਹੜਾ ਰੇਟ ਆ ਰੇਟ ਸਾਰੀਆਂ ਦਾ ਵੀਡੀਓ ਚ ਪੁੱਛਣ ਦੀ ਕੋਸ਼ਿਸ਼ ਕਰਾਂਗੇ। ਆ ਜਾਓ ਜੀ। ਹੋਰ ਬਾਈ ਠੀਕ ਠਾਕ? ਹਾਂਜੀ ਵਧੀਆ ਜੀ। ਨਾਮ ਦੱਸ ਦਿਓ ਜੀ ਆਪਣਾ। ਗੁਰਪਿੰਦਰ ਸਿੰਘ ਜੀ। ਕੰਮ ਵਪਾਰ ਦਾ ਹੀ ਆ ਹਨਾ? ਹਾਂਜੀ। ਕਿੰਨਾ ਕੁ ਟਾਈਮ ਹੋ ਗਿਆ ਕਰਦਿਆਂ ਨੂੰ? ਹੋ ਹੀ ਗਿਆ ਹੋਣਾ 20-25 ਸਾਲ ਪੁਰਾਣਾ, ਪਹਿਲਾਂ ਦੀ ਗੱਲ। ਖੂਨ ਚ ਹੀ ਆ? ਹਾਂਜੀ। ਆ ਖੂਨ ਚ ਹੀ ਆ ਬਾਈ, ਕਹਿੰਦਾ ਵਪਾਰ ਇੱਥੋਂ ਸਟਾਰਟ ਕਰ ਲਈਏ। ਹਾਂਜੀ। ਆ ਤੋੜ ਦੋ ਖੋਲ ਕੇ, ਨਾਲੇ ਇਹਦਾ ਸੂਆ ਦੱਸ ਦੋ। ਸੂਆ ਕਿਹੜਾ ਦਾ ਬਾਈ? ਇਹਦਾ ਤੀਜਾ ਸੂਆ ਜੀ। ਸੂਆ ਹੈਗਾ ਤੀਜਾ, ਤੇ ਸੂਈ ਕਿੰਨੇ ਦਿਨ ਦੀ ਆ ਜੇ ਗੱਲ ਕਰ ਲਈਏ? ਇਹ ਕੱਲ ਦੀ ਸੂਈ ਪਈ ਜੀ। ਬੱਚਾ ਕੀ ਆ ਜੀ ਨਾਲ ਇਹਦੇ? ਬੱਚੀ ਆ ਜੀ। ਬੱਚੀ ਆ ਗਈ ਨਾਲ, ਮੇਰਾ ਖਿਆਲ ਆ ਗਈ ਜਿਹੜੀ ਪਿੱਛੇ ਖੜੀ ਆ ਰੈਡ। ਹਾਂਜੀ ਹਾਂਜੀ ਹਾਂਜੀ। ਆ ਇਹ ਤੇ ਮਾਰਦੀ ਗਿਆ ਰਹੀ ਕੈਮਰਾ। ਇਹ ਹੈਗੀ ਆ ਨਾਲ ਬੱਚੀ, ਮੇਰਾ ਖਿਆਲ ਸਾਹੀਵਾਲ ਆ ਬਾਈ। ਸਾਹੀਵਾਲ ਦਾ ਟੀਕਾ ਭਰਾਇਆ ਸੀ। ਹਾਂ, ਇਹ ਆ ਗਈ ਸਾਹੀਵਾਲ ਨਸਲ ਦੀ ਬੱਚੀ ਨਾਲ ਇਹਦੇ, ਤੇ ਆਪ ਇਹ ਪੈਂਦੀ ਆ HF ਦੇ ਵਿੱਚ। ਕੱਦ ਆ ਗਿਆ ਫੁੱਲ ਵੱਡਾ। ਸੂਆ ਤੀਜਾ ਬਾਈ? ਤੀਜਾ ਜੀ। ਆ ਸੂਆ ਹੈਗਾ ਤੀਜਾ, ਤੇ ਕੱਲ ਦੀ ਸੂਈ ਆ। ਇਹ ਆਪਣੀ ਘਰ ਦੀ ਆ ਬਾਈ? ਘਰ ਦੀ ਆ। ਹਾਂਜੀ। ਇਹ ਦੁੱਧ ਕਿੰਨਾ ਕੁ ਪਾਉਂਦੀ ਆ ਰੂਟੀਨ ਚ? ਰੂਟੀਨ ਚ 35 ਲੀਟਰ ਪਾਈ ਜਾਂਦੀ ਆ ਜੀ ਆਮ ਜੀ ਸੇਵਾ ਨਾਲ। 35 ਲੀਟਰ ਨਾ ਪਾਉਂਦੀ ਤਾਂ ਖਾਸ ਜੀ ਸੇਵਾ ਤੇ ਹੋਊ, ਆਮ ਜੀ ਸੇਵਾ ਤੇ 35 ਖਾਸਾ ਹੋ ਜਾਂਦਾ। ਖਾਸ ਜੀ ਸੇਵਾ ਤਾਂ 40 ਤੇ ਵਗ ਜਾਂਦੀ ਹੈ। ਹੈ 40 ਤੇ ਵਗ ਜਾਂਦੀ ਹੈ। ਖਾਸ ਜੀ ਸੇਵਾ ਤੇ ਬਾਈ ਕਹਿੰਦਾ 40 ਤੇ ਵਗ ਜਾਂਦੀ ਆ। ਉਦਾਂ ਕੁਆਲਿਟੀ ਬੱਚੀ ਦੀ ਚੰਗੀ ਆ ਜੇ ਗੱਲਬਾਤ ਕਰ ਲਈਏ। ਆ ਗੋਡੇ ਤੇ ਕੀ ਦਿੱਕਤ ਆ ਬਾਈ ਨੂੰ? ਇਹਦੇ ਰੇਸ ਆ ਜੀ, ਪਹਿਲਾਂ ਤੋਂ ਆਇਆ ਛੋਟੀ ਹੁੰਦੀ ਦੀ। ਕੋਈ ਪ੍ਰੋਬਲਮ ਤਾਂ ਨਹੀਂ ਕਰਦੀ ਇਹਨਾਂ ਉੱਠਣ ਬੈਠਣ ਚ? ਕੋਈ ਹੋਰ ਪ੍ਰੋਬਲਮ? ਕੋਈ ਨਹੀਂ, ਉਹ ਪੋਲਾ ਹੈ ਜੀ, ਜੇ ਹਾਰਡ ਹੋਵੇ ਤਾਂ ਪ੍ਰੋਬਲਮ ਹੋਵੇ। ਪ੍ਰੋਬਲਮ ਬਾਈ ਕਹਿੰਦਾ ਉਹਦੀ ਕੋਈ ਨਹੀਂ ਹੈਗੀ। ਦਿਖਾ ਆਪਾਂ ਤੁਹਾਨੂੰ ਦਿੱਤਾ ਸੂਆ ਹੈਗਾ ਤੀਜਾ, ਤੇ ਕੱਦ ਬਿੱਡ ਹੈਗਾ ਨੁਕਰੀ ਘੋੜੀ ਜਿੱਡਾ। ਆਡਰ ਵੀ ਸਟਿਚ ਰੱਖਦੀ ਆ ਬਿਲਕੁਲ। ਦੁੱਧ ਬਾਈ ਕਹਿੰਦਾ ਇਹ ਪਾਉਂਦੀ ਆ 35 ਲੀਟਰ, ਤੇ ਬਾਕੀ ਜਿਹੜੇ ਸੱਜਣਾ ਨੇ ਚੀਜ਼ ਲੈਣੀ ਹੁੰਦੀ ਆ ਉਹਨਾਂ ਨੇ ਲੈਣੀ ਹੁੰਦੀ ਆ ਬਾਈ ਆਪਦੀ ਸਮਝਣਾ। ਹਾਂਜੀ। ਪੈਸੇ ਕਿੰਨੇ ਲੈ ਲਾਂਗੇ ਇਹਦੇ? ਇਹ 85,000 ਦੀ ਦੇ ਦਾਂਗੇ। ਕਿੰਨਾ ਕੁ ਮਾਨਤਾਨ ਕਰ ਦਾਂਗੇ? ਜੋ ਮਾਨਤਾਨ ਕਰ ਦਾਂਗੇ ਗੱਲ ਨਹੀਂ ਮੌਕੇ ਤੇ ਜੀ, ਕਰ ਦਾਂਗੇ ਮਾਨਤਾਨ। ਹਾਂਜੀ ਹਾਂਜੀ, ਮਾਨਤਾਨ ਬਾਈ ਕਹਿੰਦਾ ਖੁੱਲਾ ਕਰ ਦਾਂਗੇ। ਫੈਂਟ ਕਿੰਨੀ ਕੁ ਆਉਂਦੀ ਹੈ ਜੀ? ਫੈਂਟ ਦੀ 4-0 ਦੇ ਲਗਭਗ ਆਉਂਦੀ ਹੈ। 4-0 ਦੇ ਲਗਭਗ ਆਪਾਂ ਦੜਾ ਪਾਉਣੇ ਆ ਜੀ। ਠੀਕ ਆ ਜੀ। ਕੱਲੀ ਦੀ ਨਹੀਂ ਲਵਾਈ ਕਿਤੇ? ਕੱਲੀ ਦੀ ਬਾਈ ਕਹਿੰਦਾ ਲਵਾਈ ਨਹੀਂ। ਕੁਆਲਿਟੀਆਂ ਬੱਚੀ ਦੇ ਵਿੱਚ ਆ ਗਈਆਂ ਚੰਗੀਆਂ। ਗੋਡੇ ਵਾਲੀ ਜਿਹੜੀ ਮਾੜੀ ਮੋਟੀ ਦਿੱਕਤ ਆ ਉਹ ਮੈਂ ਤੁਹਾਨੂੰ ਸ਼ੁਰੂ ਚ ਹੀ ਦੱਸਤੀ, ਤੇ ਹੁਣ ਵਗ ਚੱਲ ਗਿਆ ਜੀ 2 ਨੰਬਰ ਵਾਲੀ ਤੇ ਦੇਸੀ ਨਸਲ ਤੇ, ਜਿਹੜੀ ਨੂੰ ਆਪਾਂ ਕਹਿ ਲਈਏ ਵੀ ਥਾਰ ਪਾਰਕਰ ਵੀ ਬਾਈ ਕਹਿੰਦਾ ਕਹਿ ਦਿੰਦੇ ਨੇ, ਦੇਸੀ ਵੀ ਕਹਿ ਦਿੰਦੇ ਨੇ। ਸੁਭਾਅ ਦੀ ਕਿਵੇਂ ਆ ਬਾਈ ਇਹ? ਬਾਲੀ ਸ਼ੀਲ ਆ ਬਾਈ। ਸੂਆ ਕਿਹੜਾ ਇਹਦਾ? ਇਹਦਾ ਸੂਆ ਪਹਿਲਾ ਹੀ ਆ ਜੀ। ਸੂਆ ਪਹਿਲਾ? ਹਾਂਜੀ। ਸੂਈ ਕਦੋਂ ਆ ਬਾਈ? ਇਹ ਸੂਈ ਨੂੰ ਜੀ 5 ਦਿਨ ਹੋ ਗਿਆ। ਬੱਚਾ ਕੀ ਆ ਨਾਲ ਇਹਦੇ? ਬੱਚਾ ਜੀ ਮਗਰ। ਇਹ ਵੀ ਤੋੜ ਦੋ ਖੋਲ ਕੇ। ਇਹ ਆ ਗਈ ਸੱਜਣੋ ਦੇਸੀ ਨਸਲ ਚ ਆ ਗਈ ਥਾਰ ਪਾਰਕਰ ਚ। ਜੇ ਗੱਲਬਾਤ ਕਰ ਲਈਏ, ਕੱਦ ਚੰਗਾ ਤੇ ਗਲ ਦੇ ਥੱਲੇ ਜਿਹੜਾ ਕੰਬਲ ਕਹਿੰਦੇ ਆ ਦੇਸੀ ਦੀ ਨਿਸ਼ਾਨੀ ਹੁੰਦੀ ਆ ਉਹ ਵੀ ਚੰਗਾ, ਤੇ ਕੁਆਲਿਟੀ ਚੰਗੀ ਆ ਬਾਈ ਕਹਿੰਦਾ ਹੈਗੀ ਵੀ ਠੰਡੀ ਸੀਲ ਆ, ਕੋਈ ਗਰਮ ਨਹੀਂ ਹੈਗਾ। ਨਹੀਂ ਦੇਸੀ ਦੇ ਵਿੱਚ ਥੋੜਾ ਜਿਹਾ ਗਰਮ ਸੁਭਾਅ ਵਾਲੀ ਇਹ ਲਤਾ ਜਾਂਦੀ ਆ। ਬੱਚੀ ਚੰਗੀ ਆ, ਕੱਦ ਕਾਠ ਵੀ ਚੰਗਾ। 5 ਦਿਨਾਂ ਦੀ ਥੱਲੇ ਬਾਈ ਹੁਣ ਦੁੱਧ ਕਿੰਨਾ ਕੁ ਹੋਊਗਾ? ਦੁੱਧ 10 ਲੀਟਰ ਆ ਜੀ ਹੁਣ ਇਸ ਟਾਈਮ। 10 ਲੀਟਰ ਇਸ ਟਾਈਮ ਇਹਦੇ ਥੱਲੇ ਹੈਗਾ ਰੈਡੀ। ਕਿੰਨਾ ਕੁ ਪਾ ਦੂਗੀ ਇਹ? 12-13 ਕਿਲੋ ਪਾ ਦੂਗੀ। ਆ 12-13 ਕਿਲੋ ਪਾ ਦੂ, ਕਿਉਂਕਿ ਸੱਜਣਾ ਦੀ ਮੰਗ ਹੁੰਦੀ ਆ ਵੀ ਸਾਨੂੰ ਥਾਰ ਪਾਰਕਰ ਚਾਹੀਦੀ ਆ। ਆਪਣੇ ਪੰਜਾਬ ਚ ਇਹ ਨਿਕਲਦੀਆਂ ਨੇ, ਬਹੁਤ ਘੱਟ ਗਿਣਤੀ ਚ ਹੁੰਦੀਆਂ ਨੇ। ਜੇ ਗੱਲਬਾਤ ਕਰ ਲਾਂ, ਦੁੱਧ ਜਿਹੜਾ ਇਹਨਾਂ ਦਾ ਹੁੰਦਾ ਉਹ ਅੰਮ੍ਰਿਤ ਦੇ ਬਰਾਬਰ ਹੀ ਹੁੰਦਾ ਬਾਈ, ਕਿਉਂਕਿ ਕਾਫੀ ਬਿਮਾਰੀਆਂ ਤੋਂ ਮਤਲਬ ਕਿ ਛੁਟਕਾਰਾ ਪਾਉਂਦੇ ਨੇ ਸੱਜਣਾ। ਜਿਵੇਂ ਲਾ ਲਓ ਕੋਈ ਆਪਣੇ ਸੇਠ ਲੋਕ ਜ਼ਿਆਦਾ ਪੀਂਦੇ ਨੇ ਦੁੱਧ ਇਹਨਾਂ ਦਾ। ਹਾਂਜੀ ਹਾਂਜੀ। ਤੇ ਆ ਗਈ ਇਹਦੇ ਹੀ ਪੀਂਦੇ ਆ ਜੀ ਹੁਣ, ਆ ਗਈ ਠੰਡੀ ਸੀਲ। ਤੇ ਜਿਹੜੀਆਂ ਦਿੱਕਤਾਂ ਤੁਹਾਨੂੰ ਮੈਂ ਦੱਸੀਆਂ ਨੇ, ਜਿਵੇਂ ਕੋਈ ਸ਼ੂਗਰ ਦੀ ਕਾਲੇ ਪੀਲੀ ਦੇ, ਜਾਂ ਬੱਚਿਆਂ ਨੂੰ ਕਬਜ਼ ਦੀ ਪ੍ਰੋਬਲਮ ਆ ਜਾਂਦੀ ਆ ਬਾਈ, ਉਹ ਇਹਦੇ ਦੁੱਧ ਨਾਲ ਕਹਿੰਦੇ ਵੀ ਦੂਰ ਹੋਣ ਦੇ ਆਸਾਰ ਰਹਿੰਦੇ ਨੇ ਕਾਫੀ ਸਾਰੇ। ਇਹਦੇ ਪੈਸੇ ਕਿੰਨੇ ਲੈ ਲਾਂਗੇ ਬਾਈ?
ਇਹਦੇ ਪੈਸੇ ਫੋਨ ਤੇ ਕਰਨੇ ਹੈ ਫੋਨ ਵਾਲੇ ਤਾਂ ਨਹੀਂ ਮੰਗਦਾ ਨਹੀਂ ਨਹੀਂ ਵਾਲੇ ਨਹੀਂ ਮੰਗਦੇ ਕਿਤੇ ਬੋਰੀ ਭਰ ਕੇ ਮੰਗ ਲੈ ਨਹੀਂ ਨਹੀਂ ਤੇ ਮੰਗਾਂਗੇ ਬਾਈ ਕਹਿੰਦਾ ਵੱਤ ਦੇ ਹੂੰ ਵੱਛੀ ਸ਼ਕੀਨ ਆ ਕੱਦ ਵਿੱਢ ਵੀ ਫੁੱਲ ਵੱਡਾ ਬੱਸਾ ਬਹੁਤ ਸੋਹਣਾ ਆਈ ਮੰਗ ਹਾਂ ਤੇ ਨਾਲ ਇਹਦੇ ਪਰ ਮੇਲ ਕਾਫ ਆ ਗਿਆ ਜੇ ਵੱਛੀ ਹੁੰਦੀ ਥੋੜੀ ਡਿਮਾਂਡ ਹੋਰ ਵੱਧ ਜਾਂਦੀ ਹੈ ਨਾ ਆ ਨਾਲ ਇਹਦੇ ਆ ਗਿਆ ਮੇਲ ਕਾਫ ਤੇ ਹੁਣ ਉਰਲੇ ਬੰਦੇ ਨੂੰ ਹੋ ਕੇ ਗਿਆ ਰਿਆ ਤਿੰਨ ਨੰਬਰ ਵਾਲੀ ਤੇ ਮਾਰ ਦੇ ਇਹਦਾ ਸੂਆ ਕਿਹੜਾ ਜੀ ਇਹਦਾ ਪਹਿਲਾ ਸੂਆ ਜੀ ਇਹਦੀ ਕੁਆਲਿਟੀ ਚੰਗੀ ਆ ਬਾਲੀ ਹੈ ਨਾ ਹਾਂਜੀ ਬੋਦਾ ਬੁੱਦਾ ਆ ਗਿਆ ਇਹਦੇ ਜਿਵੇਂ ਕਹਿੰਦੇ ਹੁੰਦੇ ਨੇ ਸੱਜਣ ਬਰੀਡ ਚ ਸੂਈ ਕਿੰਨੇ ਦਿੰਦੀ ਹੋਗੀ ਵੀਰੇ ਇਹ ਸਵੇਰੀ ਸੂਈ ਹੈ ਜੀ ਤੋੜ ਦੋ ਇਹਨੂੰ ਵੀ ਖੋਲ ਕੇ ਇਹਦੇ ਨਾਲ ਬੱਚਾ ਕੀ ਆ ਜੀ ਇਹਦੇ ਮਗਰ ਬੱਸਾ ਜੀ ਇਹਦੇ ਮਗਰ ਮੇਲ ਕਾਫ ਆ ਤੇ ਸੂਈ ਬਾਈ ਕਹਿੰਦਾ ਅੱਜ ਸਵੇਰੇ ਆ ਜੇਰ ਜੂਰ ਡੰਨਾ ਬਾਈ ਹਾਂਜੀ ਆ ਜੇਰ ਜੂਰ ਡੰਨਾ ਦੰਦਾਂ ਚ ਕਿਵੇਂ ਆ ਜੀ ਇਹ ਚੌਗੀ ਆ ਜੀ ਆ ਦੰਦਾਂ ਚ ਆ ਗਈ ਸੱਜਣੋ ਚੌਗੀ ਸੂਆ ਆ ਗਈ ਪਹਿਲਾਂ ਤੇ ਕੱਦ ਆ ਗਿਆ ਇਹਦਾ ਵੀ ਫੁੱਲ ਵੱਡਾ ਇਹ ਵੀ ਐਚ ਐਫ ਕ੍ਰੋਸ ਦੇ ਵਿੱਚ ਆ ਗਈ ਕੁਆਲਿਟੀ ਵੱਛੀ ਜੀ ਚੰਗੀ ਆ ਆਰਡਰ ਰੱਖੂਗੀ ਬਿਲਕੁਲ ਫਿਕਸ ਚਵਾਈ ਦੀ ਕਿਵੇਂ ਆ ਬਾਈ ਚਵਾਈ ਬਾਲੀ ਵਧੀਆ ਜੀ ਆ ਬਾਕੀ ਇਹਦਾ ਤੁਹਾਨੂੰ ਥਣ ਥੁਣ ਵੀ ਦੱਸੂਗਾ ਵੀ ਇਹਦੀ ਚਵਾਈ ਆ ਜਿਹੜੀ ਚਵਾਈ ਇਹਦੀ ਪੂਰੀ ਐਂਡ ਕੁਆਲਿਟੀ ਦੀ ਹੋਊ ਇੱਥੋਂ ਦਿਖਾ ਦੇਗਾ ਜੀ ਆਰਡਰ ਹੋਏ ਆਰਡਰ ਫਿਕਸ ਆ ਬਿਲਕੁਲ ਨਾਲ ਲੱਗਵਾਂ ਟੁੱਟਵਾਂ ਨਹੀਂ ਪਛਾਣ ਹੋ ਕੇ ਬਾਡੀ ਬੂਡੀ ਵੀ ਦਿਖਾ ਦੇ ਇਹਦੀ ਪੈਸੇ ਇਹਦੇ ਕਿੰਨੇ ਲੈ ਲਾਂਗੇ ਇਹ 67,000 ਰੁਪਏ ਦੇ ਇਹਦਾ ਮੁੱਲ ਆ 67 ਤੇ ਵਿੱਚੋਂ ਕਰ ਦਿਆਂਗੇ ਮਾਨ ਤਾਨ ਹਨਾ ਹਾਂਜੀ ਜਿਹੜਾ ਸੱਜਣ ਆਊਗਾ ਬੱਚਾ ਨਾਲ ਮੇਲ ਕਾਫ ਹੈ ਮੇਲ ਕਾਫ ਹੈ ਦੰਦਾਂ ਚ ਚਾਰ ਦੰਦ ਆ ਚਾਰ ਦੰਦ ਆ ਜੀ ਆ ਲੈ ਚੱਲ ਬਾਈ ਅੰਦਰ ਨੂੰ ਇਹ ਬਾਈ ਕਹਿੰਦਾ ਦੇ ਦਿਆਂਗੇ 67 ਦੀ ਮਾਨ ਤਾਨ ਉਹਦੇ ਚ ਜਿਹੜੇ ਸੱਜਣ ਆਉਣਗੇ ਉਹਨਾਂ ਦਾ ਕਰ ਦਿਆਂਗੇ ਲੰਘਣ ਨਹੀਂ ਕੋਈ ਸੱਜਣ ਦੇਣਾ ਵੀ 19-21 ਦਾ ਫਰਕ ਕੱਢ ਲੂਗਾ ਬਾਈ ਪਰ ਜ਼ਮੀਨ ਅਸਮਾਨ ਦਾ ਫਰਕ ਹੁੰਦਾ ਜਿਹੜਾ ਉਹ ਕੱਢਣਾ ਔਖਾ ਹੋ ਜਾਂਦਾ ਥੋੜਾ ਜਿਹਾ ਤੇ ਕੱਦ ਕਾਠ ਵੱਛੀ ਦਾ ਚੰਗਾ ਕਿਉਂਕਿ ਜਦੋਂ ਪਸ਼ੂ ਤਾਜ਼ਾ ਸੂੰਦਾ ਥੋੜਾ ਜਿਹਾ ਕੁੱਖ ਦੱਬ ਜਾਂਦਾ ਉਹਦੇ ਕਰਕੇ 2-4 ਦਿਨਾਂ 'ਚ ਜਦੋਂ ਸੂਏ 'ਚੋਂ ਬਾਹਰ ਨਿਕਲੂ ਤਾਂ ਕੁਆਲਿਟੀ ਵੱਛੀ ਦੀ ਚੰਗੀ ਆ ਦੁੱਧ ਤੇ ਵੀ ਚੰਗੇ ਦੁੱਧ ਤੇ ਦੇ ਚੱਲਣ ਦੇ ਚਾਂਸ ਹੈਗੇ ਨੇ ਹੁਣ ਆ ਜਾ 4 ਨੰਬਰ ਵਾਲੀ ਇਹਨੂੰ ਐਂ ਖੋਲ ਦੇ ਬਾਈ ਇਧਰ ਨੂੰ ਇਹਦਾ ਕਿਹੜਾ ਸੂਆ ਜੀ ਇਹਦਾ ਵੀ ਪਹਿਲਾ ਸੂਆ ਜੀ ਇਹ ਦੰਦਾਂ 'ਚ ਕਿਵੇਂ ਆ ਬਾਈ ਇਹ ਵੀ ਚੌਗੀ ਆ ਜੀ ਇਹਦੇ ਨਾਲ ਬੱਚਾ ਕੀ ਆ ਇਹ ਵੀ ਬੱਸਾ ਹੀ ਹੈ ਮਗਰ ਅੱਛਾ ਇਹਦੇ ਨਾਲ ਵੀ ਮੇਲ ਕਾਫ ਆ ਆ ਨਾਲ ਬਾਈ ਕਹਿੰਦਾ ਇਹਦੇ ਵੀ ਮੇਲ ਕਾਫ ਆ ਦੰਦਾਂ 'ਚ ਇਹ ਵੀ ਚੌਗੀ ਆ ਤੇ ਸੂਆ ਹੈਗਾ ਸੱਜਣੋ ਇਹਦਾ ਵੀ ਪਹਿਲਾ ਇਹ ਆ ਗਈ ਐਚ ਐਫ ਬਲੈਕ ਕਲਰ 'ਚ ਆਪਾਂ ਜੇ ਗੱਲ ਕਰ ਲਈਏ ਕੱਦ ਇਹਦਾ ਵੀ ਫੁੱਲ ਵੱਡਾ ਆ ਗਿਆ ਇਹ ਚਵਾਈ ਦੀ ਕਿਵੇਂ ਬਾਈ ਐਨ ਵਧੀਆ ਮਾੜੀ ਲੰਬੀ ਹਾਂਜੀ ਹਾਂਜੀ ਚਵਾਈ ਚਵੂਈ ਦੀ ਕਿਵੇਂ ਆ ਪੂਰੀ ਵਧੀਆ ਜੀ ਚਵਾਈ ਆ ਆਰਡਰ ਇਹਦਾ ਵੀ ਫਿਕਸ ਆ ਗਿਆ ਇਹਦੀ ਜੇਰ ਜੁਰ ਡੰਨ ਇਹਦੀ ਵੀ ਬਾਈ ਹਾਂਜੀ ਹਾਂਜੀ ਇਹ ਵੀ ਸਵੇਰੀ ਸੂਈ ਇਕੱਠੀਆਂ ਸੂਈਆਂ ਨੇ ਦੋਨੋਂ ਦੋਹੇ ਇਹਦੇ ਨਾਲ ਮੇਲ ਕਾਫ ਆ ਗਿਆ ਹਾਂਜੀ ਇਹ ਬਾਈ ਕਿੰਨੇ ਦੀ ਦੇ ਦਾਂਗੇ ਆਪਾਂ ਇਹ 65,000 ਦੀ ਦੇ ਦਾਂਗੇ ਇਹਦਾ ਮੁੱਲ ਬਾਈ ਕਹਿੰਦਾ ਹੈਗਾ 65,000 ਬਾਕੀ ਮੁੱਲ ਆ ਜਿਹੜਾ ਮੁੱਲ ਕਰਨਾ ਵਪਾਰੀ ਦਾ ਫਰਜ਼ ਹੁੰਦਾ ਤੇ ਬਾਕੀ ਤੁਸੀਂ ਪੈਸੇ ਲਾ ਕੇ ਸੱਜਣੋ ਚੀਜ਼ ਖਰੀਦਣੀ ਹੁੰਦੀ ਆ ਫੋਨ ਬਾਈ ਨੂੰ ਮਿਲਿਆ ਲਿਓ ਇਹਦਾ ਕਿੰਨਾ 65 ਦੱਸਿਆ ਬਾਈ ਹਾਂਜੀ ਹਾਂ ਇਹ ਆ ਗਈ 4 ਨੰਬਰ ਤੇ ਇਹਦਾ ਮੁੱਲ ਹੈਗਾ 65,000 ਰੁਪਿਆ ਉਹਦੇ 'ਚ ਮਾਨਤਾਨ ਸ਼ੋਰ ਛੱਪਾ ਬਾਈ ਕਹਿੰਦਾ ਕਰ ਦਿਆਂਗੇ ਤੇ ਹੁਣ ਮਾਰ ਦੇ ਇਹਦੇ ਤੇ ਇਹਦਾ ਸੂਆ ਕਿਹੜਾ ਬਾਈ ਇਹਦਾ ਸੂਆ ਜੀ ਤੀਜਾ ਸੂਆ ਤੀਜਾ ਉਹ ਸ਼ਾਮ 'ਚ ਹੋਣੀ ਆਈ ਹੋਈ ਹੈ ਨਾ ਸ਼ਾਮ ਘੱਟ ਆ ਥੋੜੀ ਹਾਂਜੀ ਥੋੜੀ ਜਿਹੀ ਕਿਸੇ ਨੇ ਸ਼ਾਮ ਵੀ ਘੱਟ ਆ ਹਾਂ ਸੰਭਾਲ ਕਿਸੇ ਸੱਜਣ ਨੇ ਘੱਟ ਕਰੀ ਆ ਇਹ ਕਿੰਨੇ ਟਾਈਮ ਦੀ ਸੂਈ ਆ ਬਾਈ ਇਹ ਹਫਤਾ ਹੋ ਗਿਆ ਜੀ ਆ ਬੱਚੀ ਆ ਜੀ ਇਹਦੀ ਆ ਬੱਚੀ ਆ ਨਾਲ ਇਹਦੇ ਇਹ ਤੇ ਵੀ ਮਾਰ ਦੇ ਓਏ ਹਾਂਜੀ ਇਹੀ ਇਹ ਉੱਤੋਂ ਫਿੱਕੇ ਆ ਹਜੇ ਨੇ ਨਗੀਨਾ ਬੱਚੀ ਦਾ ਦੇਤਾ ਹਾਂਜੀ ਇਹ ਥਲੇ ਦੁੱਧ ਕਿੰਨਾ ਬਾਈ ਇਹ ਥਲੇ 12 ਲੀਟਰ ਆਈ ਨੈਟ 12 ਲੀਟਰ ਡੰਗ ਦੋ ਡੰਗ ਤਸੱਲੀ ਕਰਾ ਦੇਾਂਗੇ ਹਾਂਜੀ ਹਾਂਜੀ ਕਿੰਨੇ ਕੇ ਪੈਸੇ ਲੈ ਲਾਂਗੇ ਜੀ ਇਹਦਾ 35,000 ਰੁਪਏ ਇਹਦਾ ਮੁੱਲ ਹੈਗਾ 35-35 ਜੋ ਕਰ ਦਿਆਂਗੇ ਮਾਨ ਤਾਂ ਚਵਾਈ ਦੀ ਕਿੱਦਾਂ ਬਾਈ ਚਵਾਈ ਤਾਂ ਬੜੀ ਵਧੀਆ ਜੀ ਧਾਰਾ ਮਾਰ ਦੇਣਾ ਆ ਚਵਾਈ ਦੀ ਬਾਈ ਕਹਿੰਦਾ ਹੈਗੀ 1 ਨੰਬਰ ਆ ਧਾਰਾ ਕਹਿੰਦਾ ਐਂ ਦਿਖਾ ਦੇਣਾ ਮਾਰ ਕੇ ਕਿਉਂਕਿ ਇਹ ਜ਼ਿਆਦਾਤਰ ਨਸਲ ਹੁੰਦੀ ਆ ਜਿਹੜੀ ਐਚ ਐਫ ਜੇ ਗੱਲ ਕਰ ਲਈਏ ਠੰਡੀ ਸੀਲ ਹੀ ਹੁੰਦੀ ਆ ਗਾਵਾਂ ਦੀ ਐਚ ਐਫ ਚਲਾ ਲਓ ਜਰਸੀ ਚਲਾ ਲਓ ਇਹ ਜਾਨਵਰ ਤਕਰੀਬਨ ਸਾਰੇ ਠੰਡੇ ਸੀਲ ਹੀ ਹੁੰਦੇ ਨੇ ਧਾਰਾ ਤੁਹਾਨੂੰ ਬਾਈ ਨੇ ਦਿਖਾਤੀਆਂ ਮਾਰ ਕੇ ਕਈ ਵਾਰੀ ਕਿਸੇ ਘਰੇਲੂ ਸੱਜਣ ਨੇ ਦੁੱਧ ਦਾ ਡੰਗਾ ਲਾਉਣਾ ਹੁੰਦਾ ਉਹਦੇ ਵਾਸਤੇ ਬੈਸਟ ਰਹੂਗੀ ਕਿਉਂਕਿ ਰੇਟ ਵੀ ਨਾਰਮਲ ਆ ਗਾਵਾਂ ਦੇ ਜਿਹੜੇ ਰੇਟ ਨੇ ਰੇਟ ਹੁਣ ਕਾਫੀ ਅੱਪ ਨੇ ਬਾਈ ਹਨਾ ਹਾਂਜੀ ਆ ਗਾਵਾਂ ਥੋੜੀਆਂ ਜਿਹਾ ਹੁਣ ਘੱਟ ਨਿਕਲਣ ਲੱਗ ਗਈਆਂ ਗਾਵਾਂ ਮਹਾਰਾਸ਼ਟਰ ਜਾ ਦੇ ਭੇਜਤੀਆਂ ਨਾ ਵਪਾਰੀ ਹਾਂਜੀ ਇਹਦਾ ਤੋਕੜਾਂ ਦੇ ਭਾਅ ਜੀ ਆ ਜੀ ਮਾਨਤਾਨੇ ਚੋਂ ਕਰ ਦਾਂਗੇ ਹਾਂਜੀ ਹਾਂਜੀ ਆਇਆ ਗਿਆ ਰੀ ਉਰਲੇ ਬੰਨੇ ਲਿਆ ਹੁਣ ਆ ਬੱਚੀ ਤੇ ਮਾਰ ਦੇ ਇਹਦਾ ਕਿਹੜਾ ਸੂਆ ਬਾਈ ਇਹਦਾ ਪਹਿਲਾ ਸੂਆ ਜੀ ਇਹ ਕਿੰਨੇ ਦਿਨ ਕੱਢਦੀ ਆ ਇਹ ਹਜੇ ਲੈ ਜੂਈ 10 ਦਿਨ
ਇਹ ਤਾਂ ਨਹੀਂ ਚੱਕਰੇ ਦੰਦ ਇਹਦੇ? ਨਹੀਂ ਇਹਦੇ ਦੰਦ ਨਹੀਂ ਚੱਕਰੇ। ਦੰਦ ਬਾਈ ਕਹਿੰਦਾ ਜੇ ਦੇਖੇ ਨਹੀਂ ਤੇ 10 ਦਿਨਾਂ ਦੀ ਕੱਚੀ ਆ, ਸੂਆ ਹੈਗਾ ਇਹਦਾ ਪਹਿਲਾ। ਇਹ ਕਿੰਨੇ ਦੇ ਦਾਂਗੇ ਅੱਜ? ਇਹ ਅੱਜ 50,000 ਦੀ ਦੇ ਦਾਂਗੇ। ਸਾਮ ਸੂਮ ਵਾਲੇ ਛੱਡ ਦੇ, ਸਾਮ ਵਾਲੇ ਛੱਡ ਦਾਂ। ਹੈ ਬਸੀ ਸੀਲ ਬਹੁਤ ਆ ਜੀ ਲੋ, ਨਹੀਂ ਠੰਡੀ ਸੀਲ ਤਾਂ ਹੈ ਯਾਰ, ਸਾਮ ਸੂਮ ਵਾਲੇ ਛੱਡ ਦੀ ਪੈਸੇ ਇਹਦੇ ਚੋਂ, ਸੰਭਾਲੂਗਾ ਵੀ ਅਗਲਾ 10-15 ਦਿਨ ਛੱਡਦਾ ਜੀ। ਸਾਮ ਸੂਮ ਵਾਲੇ ਬਾਈ ਕਹਿੰਦਾ ਛੱਡ ਦਾਂਗੇ ਹੁਣ, ਕੱਦ ਕਾਰ ਦੀ ਠੀਕ ਆ, ਖੈਰ ਕ੍ਰੋਸ ਚ ਆ ਗਈ ਬਾਈ ਹਨਾ, ਥੋੜੀ ਜਿਹੀ ਕ੍ਰੋਸ ਚ। ਹਾਂਜੀ ਹਾਂ, ਹੁਣ ਆ ਗਹਿਰੀ ਲਾਸਟ ਵਾਲੀ ਦੇ ਮਾਰਦੇ ਆ ਗਈ 7 ਨੰਬਰ ਤੇ, ਨੰਬਰ ਵਾਈਜ਼ ਬਾਈ ਨਾਲ ਗੱਲਬਾਤ ਕਰ ਲਿਓ। ਇਹਨੂੰ ਤੋੜ ਦੇ ਬਾਈ ਖੋਲ ਕੇ, ਇਹਦਾ ਕਿਹੜਾ ਸੂਆ ਜੀ? ਇਹਦਾ ਵੀ ਪਹਿਲਾਂ ਹੀ ਆ ਜੀ। ਇਹ ਤਾਂ ਨਹੀਂ ਦੇਖੀ ਬਾਈ ਦੰਦਾਂ 'ਚ? ਨਹੀਂ ਇਹ ਦੋਨੇ ਨਹੀਂ ਦੇਖੀਆਂ ਜੀ। ਠੀਕ ਹੈ ਗੱਲ। ਸੂਆ ਪਹਿਲਾ ਦਿਨ ਕਿੰਨੇ ਕੱਢ ਦੂਗੀ ਬਾਈ ਇਹ? ਇਹ ਤਾਂ ਹਫ਼ਤਾ ਕੁ ਲਊ ਜੀ। ਇੱਕ ਹਫ਼ਤਾ? ਹਾਂਜੀ। ਇਹਦਾ ਸੂਆ ਹੈਗਾ ਪਹਿਲਾ, ਇਹ ਹੈਗੀ ਆ ਸੱਜਣੋ ਇੱਕ ਹਫ਼ਤੇ ਦੀ ਕੱਚੀ। ਕੱਦ ਕਾਠ ਇਹਦਾ ਆ ਗਿਆ, ਮਤਲਬ ਜਿਵੇਂ ਨੋਰਮਲ ਗਾਵਾਂ ਦਾ ਹੁੰਦਾ, ਨਾ ਬਾਹਲਾ ਜ਼ਿਆਦਾ ਵੱਡਾ ਨਾ ਬਾਹਲਾ ਛੋਟਾ, ਵਿੱਚ ਵਿੱਚ ਦਾ ਆ ਗਿਆ। ਪਰ ਜਿਹੜੀ ਇਹਦੀ ਥੱਲੇ ਦੀ ਕੁਆਲਿਟੀ ਹੈ ਨਾ, ਥੱਲੇ ਦੀ ਕੁਆਲਿਟੀ ਇਹਨੇ ਬਣਾਉਣੀ ਆ ਸੱਜਣੋ, ਜਮਾਂ ਟੌਪ, ਕਿਉਂਕਿ ਥਣ ਵੀ ਇਕੱਲਾ ਇਕੱਲਾ ਲੱਗਿਆ ਤੇ ਲੱਗਿਆ ਵੀ ਪੂਰਾ ਗੈਪ ਤੇ ਆ, ਦੂਰੀ ਤੇ ਲੱਗਿਆ। ਹਫ਼ਤੇ ਤੱਕ ਇਹਨੇ ਕਾਫੀ ਆਰਡਰ ਤਿਆਰ ਕਰ ਜਾਣਾ। ਉਰਲੇ ਬੰਨੇ ਦਿਖਾ ਦੇ ਗਰੀ, ਅਗਲੇ ਬੰਨੇ ਓਏ ਆ ਸੈੱਟ ਜੇ ਕਰੀ ਬਾਈ, ਕਰੀ ਪਰਾਂ ਨੂੰ ਮਾੜੀ ਜੀ, ਥਣ ਥੁਣ ਬਾਹਲੇ ਵਧੀਆ ਲੱਗੇ ਬੰਨੇ। ਹਾਂ ਇੱਥੋਂ ਦਿਖਾ ਦੇ ਅਗਲੇ ਬੰਨੇ, ਆਰਡਰ ਇਹਦਾ 4x4 ਵਾਲਾ ਸਿਸਟਮ ਆ, ਕਿਉਂਕਿ ਥਣ ਵੀ ਚੰਗਾ ਲੱਗਿਆ ਤੇ ਆਰਡਰ ਰੱਖੂਗੀ ਸਟਿਚ। ਹੁਣ ਇਧਰਲੇ ਬੰਨੇ ਦਿਖਾ ਦੇ ਇੱਕ ਵਾਰੀ, ਇੱਥੋਂ ਚੈੱਕ ਕਰਾ ਦੇ ਹੈਗੀ ਆ ਠੰਡੀ ਸੀਲ ਪੂਰੀ। ਇਹਦੇ ਪੈਸੇ ਕਿੰਨੇ ਕੁ ਲੈ ਲਾਂਗੇ ਬਾਈ ਆਪਾਂ? ਇਹ 42,000 ਦੀ ਦੇਣੇ। ਇਹ ਦੇ ਦਾਂਗੇ ਅੱਜ 42 ਦੀ, ਮਾਨ ਤਾਨ ਛੋਟ ਛੱਪਾ ਉਹਦੇ ਚੋਂ ਕਰ ਦਿਆਂਗੇ। ਹਾਂਜੀ। ਆ ਨੰਬਰ ਬੋਲ ਦਿਓ ਬਾਈ ਆਪਣਾ। 82848। ਹਾਂਜੀ। 87549। ਕਿਹੜਾ ਹੋਰ ਬੋਲ ਦਿਓ ਜੀ? 82848। ਹਾਂਜੀ। 87569। ਕੰਮ ਬਾਈ ਆਪਣਾ ਰੂਟੀਨ 'ਚ ਹੀ ਚੱਲਦਾ ਰਹਿੰਦਾ ਵਪਾਰ? ਹਾਂਜੀ ਰੂਟੀਨ 'ਚ, ਮੱਝਾਂ ਵੀ ਆਪਣੇ ਕੋਲ ਹਰ ਵਕਤ ਹੁੰਦੀਆਂ ਨੇ, ਗਾਈਆਂ ਵੀ। ਠੀਕ ਆ ਜੀ। ਕਿੰਨੇ ਕੁ ਜਾਨਵਰ ਹੁੰਦੇ ਨੇ ਹਰ ਟਾਈਮ ਆਪਣੇ ਕੋਲ? 15 ਜਾਨਵਰ ਹੁੰਦੇ ਆ। ਗਾਵਾਂ ਦੇ ਰੇਟ ਕਿੱਥੋਂ ਕਿੱਥੇ ਤੱਕ ਵਾਲੀਆਂ ਹੁੰਦੀਆਂ? ਗਾਈਆਂ ਬਸ 30,000 ਤੋਂ ਸਟਾਰਟ ਜੀ, 30 ਤੋਂ ਲਾ ਕੇ ਵੀ 60-70 ਲੱਖ ਤੱਕ ਦੀਆਂ। ਹਾਂਜੀ ਹਾਂਜੀ। ਮੱਝਾਂ ਦਾ ਕੀ ਰੇਟ ਹੁੰਦਾ ਆਪਣੇ ਕੋਲ ਬਾਈ? ਮੱਝਾਂ 80,000 ਤੋਂ ਉੱਪਰ ਹੁੰਦੀਆਂ। 80 ਤੋਂ ਲਾ ਕੇ ਕਿੰਨੇ ਕੁ ਤੱਕ ਹੁੰਦੀਆਂ? ਲੱਖ ਤੋਂ ਬਾਹਰ ਤੱਕ ਜੀ। 80 ਤੋਂ ਲਾ ਕੇ 1-1.25 ਲੱਖ ਤੱਕ ਦੀਆਂ। ਹਾਂਜੀ। ਹਾਂ ਮੱਝਾਂ ਵਾਸਤੇ ਵੀ ਬਾਈ ਨਾਲ ਸੰਪਰਕ ਕਰ ਸਕਦੇ ਹੋ, ਇਸ ਏਰੀਆ ਵਾਲੇ ਸੱਜਣ ਜਾਂ ਕਿਸੇ ਬਾਹਰ ਵਾਲੇ ਸੱਜਣ ਨੇ ਲੈਣੀਆਂ ਨੇ। ਤੇ ਗਾਵਾਂ ਵੀ ਬਾਈ ਕਹਿੰਦਾ 7-8 ਹੁੰਦੀਆਂ ਨੇ ਤੇ ਮੱਝਾਂ ਵੀ 7-8 ਹਰ ਟਾਈਮ ਆ ਫਾਰਮ ਤੇ ਬਾਈ ਕੋਲ ਅਵੇਲੇਬਲ ਹੁੰਦੀਆਂ ਨੇ। ਮੱਝਾਂ ਦੇ ਚਾਹੇ ਕੈਮਰਾ ਮਾਰ। ਹਾਂ ਮੱਝਾਂ ਤੇ ਇੱਕ ਵਾਰੀ ਗਾਰੀ ਮਾਰਦੇ ਕੈਮਰਾ, ਉਹ ਉਧਰਲੇ ਬੰਨੇ ਮੱਝਾਂ ਵੀ ਖੜੀਆਂ ਨੇ ਬਾਈ ਕੋਲੇ। ਮੱਝਾਂ ਦਾ ਵੀ ਹੈਗਾ ਜੇ ਕੋਈ ਸੱਜਣ ਸ਼ਕੀਨ ਲੈਣ ਦਾ ਇਸ ਇਲਾਕੇ ਵਾਲਾ ਜਾਂ ਉਰਾਂ ਪਰਾਂ ਵਾਲਾ, ਸੰਪਰਕ ਉਹ ਵੀ ਕਰ ਲਿਓ ਬਾਈ ਨਾਲ। ਬਾਕੀ ਜਿਹੋ ਜੀ ਡਿਮਾਂਡ ਹੁੰਦੀ ਆ ਬਾਈ ਉਸ ਟਾਈਪ ਦਾ ਆਪਾਂ ਲੈ ਕੇ ਦੇ ਦਾਂਗੇ ਜਾਨਵਰ। ਹਾਂਜੀ। ਅੱਜ ਇਦਾਂ ਦੀ ਜਿਵੇਂ ਗਾਂ ਦੀ ਲਾ ਲਓ ਹਨਾ, ਗਾਵਾਂ ਦੀ ਡਿਮਾਂਡ ਹੁੰਦੀ ਆ। ਜਰਸੀ ਗਾਂ ਤਾਂ ਨਹੀਂ ਆਉਂਦੀ ਆਪਣੇ ਕੋਲੇ? ਜਰਸੀਆਂ ਵੀ ਆਉਂਦੀਆਂ ਨੇ। ਠੀਕ ਹੈ ਗੱਲ। ਸਾਰੀਆਂ ਵੈਰਾਈਟੀਆਂ ਰੱਖਦੇ ਆ, ਸਾਹੀਵਾਲ ਦੇਸੀ ਤੋਂ ਲਾ ਕੇ। ਹਾਂਜੀ। ਆ ਪਲੂਣ ਝੋਟੀ ਆ ਜੀ, ਬਹੁਤ ਸੀਲ ਆ। ਠੀਕ ਹੈ ਗੱਲ। ਹਾਂ ਕੱਦ ਵਿੱਢ ਚੰਗਾ ਆ ਗਿਆ ਇਹਦਾ ਹਨਾ, ਪਹਿਲਣ ਆ ਗਈ। ਐਂ ਮਿਲ ਪੈਂਦੀ ਹੈ ਜੀ ਇਹ, ਚਾਹੇ ਬੱਚਾ ਛੱਡੋ ਚਾਹੇ ਨਾ ਛੱਡੋ। ਕਿੰਨੇ ਕੁ ਟਾਈਮ ਦੀ ਸੂਈ ਹੋਈ ਆ ਬਾਈ ਇਹ? ਇਹ ਹਫ਼ਤੇ ਦੀ ਸੂਈ ਵੀ ਆ ਜੀ। ਕਿੰਨੀ ਕੁ ਬੋਲੀ ਆ ਇਹ ਥੱਲੇ ਹੁਣ? ਬੋਲੀ 10 ਕਿਲੋ ਆ ਜੀ ਇਸ ਨੇ। ਇਹਦਾ ਕੀ ਰੇਟ ਆ? ਇਹ ਦੇ ਦਾਂਗੇ 95,000 ਦੀ। ਇਹ ਦੇ ਦਾਂਗੇ 95 ਦੀ। ਹਾਂਜੀ। ਹਾਂ ਤੇ ਬਾਕੀ ਰੂਟੀਨ 'ਚ ਮੱਝਾਂ ਵੀ ਹੁੰਦੀਆਂ ਨੇ ਬਾਈ ਕੋਲੇ। ਨੰਬਰ ਬਾਈ ਹੋਰਾਂ ਦਾ ਮੈਂ ਵੀਡੀਓ 'ਚ ਹੀ ਲਾ ਦੂੰਗਾ, ਜਿਹੜੇ ਸੱਜਣ ਨੂੰ ਇਹਨਾਂ 'ਚੋਂ ਕੋਈ ਵੀ ਨਗੀਨਾ ਪਸੰਦ ਆਊ, ਨੇੜੇ ਆ ਕੇ ਤਸੱਲੀ ਕਰਕੇ ਬਾਈ ਤੋਂ ਖਰੀਦ ਲਓ। ਪਿੰਡ ਹੈਗਾ ਹਮੀਦੀ, ਤਹਿਸੀਲ ਤੇ ਜ਼ਿਲ੍ਹਾ ਬਰਨਾਲਾ। ਤੇ ਬਾਕੀ ਕਮੈਂਟ ਕਰਕੇ ਦੱਸਿਓ ਬਾਈ ਦੇ ਜਾਨਵਰ ਕਿੱਦਾਂ ਦੇ ਲੱਗੇ। ਧੰਨਵਾਦ ਜੀ।